ਸਤਿ ਸ੍ਰੀ ਅਕਾਲ ਜੀ ਸਾਰੇ ਹੀ ਇਸ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਕਿਸਾਨ ਦੋਸਤੋ ਮੇਰੇ ਵੀਰੋ ਮੇਰੇ ਮਿੱਤਰੋ ਕੱਲ ਇੱਕ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਜਿਦੇ ਵਿੱਚ ਕੁਝ ਫੈਸਲੇ ਲਏ ਗਏ ਆ ਜਿਨ੍ਹਾਂ ਦੇ ਬਾਰੇ ਦੇ ਵਿੱਚ ਕੱਲ ਪੀਸੀ ਨਹੀਂ ਹੋ ਸਕੀ ਸੂਚਨਾ ਨਹੀਂ ਦਿੱਤੀ ਜਾ ਸਕੀ ਸਾਰੇ ਵੀਰਾਂ ਤੱਕ ਨਹੀਂ ਪਹੁੰਚ ਸਕੀ ਉਸ ਪ੍ਰਤੀ ਜਾਣਕਾਰੀ ਦੇਣੀ ਜ਼ਰੂਰੀ ਸਮਝਿਆ ਹੋਇਆ ਮਤਲਬ ਅੱਜ ਇਸ ਆਈਟੀ ਸੈਲ ਤੋਂ ਮਤਲਬ ਅਸੀਂ ਲਾਈਵ ਹੋ ਕੇ ਆਪਦੀਆਂ ਤੱਕ ਇਹ ਸੂਚਨਾ ਪਹੁੰਚਾਉਣੀ ਚਾਹੁੰਦੇ ਆ ਉਹ ਇਹ ਆ ਕਿ ਇੱਕ ਤਾਂ ਕੱਲ ਫੈਸਲਾ ਲਿਆ ਹੈ Rajasthan ਵਾਲੇ ਵੀਰਾਂ ਨੇ volunteers ki assi 12 ਤਰੀਕ ਤੋਂ ਜਿਹੜਾ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਟੋਲ ਪਲਾਜ਼ੇ ਬੰਦ ਨੇ ਟੋਲ ਫ੍ਰੀ ਕੀਤੇ ਹੋਏ ਨੇ ਉਹ ਸਾਡੇ Rajasthan ਵਾਲੇ ਵੀ ਪੂਰੇ ਸਟੇਟ ਦੇ ਅੰਦਰ ਇਹ ਟੋਲ ਪਲਾਜ਼ੇ ਬੰਦ ਹੋਣਗੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਅੱਗੇ ਮਤਲਬ ਜਿਹੜਾ 14 ਫਰਵਰੀ ਦਾ ਦਿਨ ਹੈ 14 ਫਰਵਰੀ ਦਾ ਦਿਨ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ 14 ਫਰਵਰੀ ਨੂੰ ਪਲਵਾਮਾ ਦੇ ਵਿੱਚ ਸਾਡੇ ਬੱਚੇ ਉਹ ਵੀ ਕਿਸਾਨ ਬੱਚੇ ਸੀ ਜਿਹੜੇ 40 ਕਿਸਾਨ ਬੱਚੇ ਸ਼ਹੀਦ ਹੋਏ ਸੀਗੇ ਪਲਵਾਮਾ ਦੇ ਵਿੱਚ ਔਰ ਉਹਨਾਂ ਨੂੰ ਯਾਦ ਕਰਨਾ ਹੈ ਨਾਲ ਦੀ ਨਾਲ ਜਿਹੜਾ ਲਗਭਗ 200 ਤੋਂ 20 ਕਿਸਾਨ ਅੱਜ ਤੱਕ ਸ਼ਹਾਦਤ ਨੂੰ ਪ੍ਰਾਪਤ ਕਰ ਚੁੱਕੇ ਨੇ ਉਹ ਸਾਰੇ ਦੇ ਸਾਰੇ ਉਹਨਾਂ ਸ਼ਹੀਦ ਕਿਸਾਨਾਂ ਨੂੰ ਔਰ ਸਾਡੇ ਹੀ ਉਹ ਜਿਹੜੇ ਬੱਚੇ ਸੀ ਪਲਵਾਮਾ ਦੇ ਵਿੱਚ ਸ਼ਹੀਦ ਹੋਏ ਉਹਨਾਂ ਕਿਸਾਨ ਬੱਚਿਆਂ ਲਈ ਔਰ ਇਹਨਾਂ ਕਿਸਾਨਾਂ ਲਈ ਸਾਂਝੇ ਤੌਰ ਦੇ ਉੱਤੇ ਅਸੀਂ 14 ਫਰਵਰੀ ਦਾ ਦਿਨ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਅਸੀਂ ਯਾਦ ਕਰਨਾ ਹੈ ਨਾ ਯਾਦ ਕੱਲਾ ਨਹੀਂ ਕਰਨਾ ਅਸੀਂ ਇੱਕ ਮਤਲਬ ਕੈਂਡਲ ਮਾਰਚ ਕੀਤਾ ਜਾਣਾ ਹੈ ਮਿਸਾਲ ਮਾਰਚ ਕੀਤਾ ਜਾਣਾ ਪੂਰੇ ਦੇਸ਼ ਦੇ ਅੰਦਰ ਔਰ ਨਾਲ ਦੀ ਨਾਲ ਇਹ ਵੀ ਹੈ ਕਿ ਇਹ ਇਹਨਾਂ ਦਾ ਜਿਸ ਵੇਲੇ ਇਹ ਦਿਨ ਮਨਾਇਆ ਜਾਣਾ ਹੈ ਉਸ ਵੇਲੇ ਸਾਰੇਆਂ ਨੇ ਸਾਡੇ ਇਹਨਾਂ ਕਿਸਾਨਾਂ ਨੂੰ ਕਿਸਾਨ ਬੱਚਿਆਂ ਨੂੰ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਪਲਵਾਂਮਾ ਦੇ ਵਿੱਚ ਉਹਨਾਂ ਨੂੰ ਇਹ ਸ਼ਰਦਾ ਦੇ ਫੁੱਲ ਵੀ ਭੇਟ ਕਰਨੇ ਆ ਇਹ ਸਾਡਾ ਪ੍ਰੋਗਰਾਮ ਹੈ 14 ਫਰਵਰੀ ਦਾ ਰੱਖਿਆ ਗਿਆ ਸਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਾਲ ਜਿਹੜਾ 16 ਫਰਵਰੀ ਹੈ 16 ਫਰਵਰੀ ਨੂੰ ਸਰ ਛੋਟੂ ਰਾਮ ਜੀ ਇੱਕ ਬਹੁਤ ਹੀ ਮਹਾਨ ਕਿਸਾਨ ਨੇਤਾ ਭਾਵੇਂ ਜਨਮ ਉਹਨਾਂ ਦਾ ਹਰਿਆਣੇ ਦੇ ਵਿੱਚ ਹੋਇਆ ਸੀ ਲੈਕਿਨ ਉਸ ਵੇਲੇ ਪੰਜਾਬ ਤੇ ਹਰਿਆਣਾ ਇੱਕੋ ਹੀ ਸੀ ਜਿਸ ਵੇਲੇ ਇਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਔਰ ਉਸ ਲੜਾਈ ਦੇ ਵਿੱਚ ਕਿਸਾਨਾਂ ਦਾ ਮਸੀਹਾ ਹੋ ਨਿਬੜਿਆ ਸਰ ਛੋਟੂ ਰਾਮ ਬਹੁਤ ਕੁਝ ਆਗਰ ਛੋਟੂ ਰਾਮ ਦੀ ਜ਼ਿੰਦਗੀ ਬਸਰ ਛੋਟੂ ਰਾਮ ਦੀ ਜ਼ਿੰਦਗੀ ਬਾਰੇ ਗੱਲਾਂ ਕਰਨੀਆਂ ਹੁਣ ਤਾਂ ਬਹੁਤ ਲੰਬੀਆਂ ਚੌੜੀਆਂ ਕਹਾਣੀ ਹੈ ਔਰ ਇੱਕ ਵਾਰੀ ਜੇ ਕਹਿ ਦਈਏ ਕਿ ਸਰ ਛੋਟੂ ਰਾਮ ਨੇ ਕਿਸਾਨ ਨੂੰ ਕਰਜ਼ੇ ਦੇ ਮੱਕੜ ਜਾਲ ਦੇ ਵਿੱਚੋਂ ਬਾਹਰ ਕੱਢ ਕੇ ਆਪਣੇ ਪੈਰਾਂ 'ਸਿਰ ਖੜੇ ਕੀਤਾ ਸੀ ਇਸ ਕਰਕੇ ਸਾਡਾ ਕਿਸਾਨਾਂ ਦਾ ਮਸੀਹਾ ਹੈ ਸਰਛੋਟੂ ਰਾਮ ਇਸ ਕਰਕੇ 16 ਫਰਵਰੀ ਦਾ ਜਿਹੜਾ ਦਿਨ ਹੈ ਸਰਛੋਟੂ ਰਾਮ ਦਾ ਦਿਹਾੜਾ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਹੈ ਉਸ ਜਨਮ ਦਿਹਾੜੇ ਨੂੰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਣਾ ਹੈ ਹਰ ਕਿਸਾਨ ਪਰਿਵਾਰ ਹਰ ਰੋਟੀ ਖਾਣ ਵਾਲਾ ਵਿਅਕਤੀ ਸਰਛੋਟੂ ਰਾਮ ਦਾ ਇਸ ਦਿਨ ਨੂੰ ਪੂਰੇ ਮਾਣ ਤੇ ਸਨਮਾਨ ਦੇ ਨਾਲ ਮਨਾਉਣ ਦਾ ਯਤਨ ਕਰਨਾ ਆਪਾਂ ਸਾਰਿਆਂ ਨੇ ਔਰ ਨਾਲ ਦੀ ਨਾਲ ਉਸ ਦਿਨ ਮਤਲਬ ਅਸੀਂ ਸਟੇਜਾਂ ਜਿਹੜੀਆਂ ਚੱਲਦੀਆਂ ਨੇ ਸਾਡੀਆਂ ਦਿੱਲੀ ਦੇ ਵਿੱਚ ਇਨ ਸਾਰੀਆਂ ਸਟੇਜਾਂ ਤੋਂ ਸਰ ਛੋਟੂ ਰਾਮ ਨੂੰ ਯਾਦ ਕੀਤਾ ਜਾਣਾ ਤੇ ਉਹਨਾਂ ਦਾ ਸਨਮਾਨ ਦੇ ਵਜੋਂ ਇੱਥੇ ਉਹਨਾਂ ਦਾ ਸਤਿਕਾਰ ਕੀਤਾ ਜਾਣਾ। ਅੱਗੇ ਆ ਜੀ 18 ਫਰਵਰੀ ਦਾ ਦਿਨ ਜਿਹੜਾ ਰੱਖਿਆ ਗਿਆ ਉਹ ਇਸ ਲਈ ਆ ਕਿ ਕਿਸਾਨ ਅੰਦੋਲਨ ਨੂੰ ਜਿਹੜਾ 26 ਫਰਵਰੀ 26 ਜਨਵਰੀ ਤੋਂ ਬਾਅਦ ਕੁਝ ਇਹਦੇ ਵਿੱਚ ਇੱਕ ਤਰ੍ਹਾਂ ਦਾ ਝਟਕਾ ਵੱਜਿਆ ਸੀ ਉਹਦੇ ਚੋਂ ਉਭਰਦੇ ਹੋਏ ਉੱਬਰਦੇ ਹੋਏ ਆਪਾਂ ਸਾਰਿਆਂ ਨੇ ਅੰਦੋਲਨ ਨੂੰ ਮੁੜ ਦੁਬਾਰਾ ਉਹਨਾਂ ਲੀਹਾਂ ਤੇ ਤੋੜਨ ਵਾਸਤੇ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਅ 18 ਫਰਵਰੀ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ 4 ਘੰਟੇ ਦਾ ਅਸੀਂ ਸਾਰਿਆਂ ਨੇ ਰੇਲਵੇ ਟਰੈਕ ਦੇ ਉੱਤੇ ਜਾ ਕੇ ਅਸੀਂ ਪ੍ਰੋਟੈਸਟ ਕਰਨਾ ਧਰਨਾ ਮੁਜ਼ਾਹਰਾ ਦੇਣਾ ਹੈ ਕਰਨਾ ਹੈ ਤਾਂ ਕਿ ਸਰਕਾਰ ਤੱਕ ਸਾਡਾ ਮੈਸੇਜ ਜਾਵੇ ਪੂਰੇ ਦੇਸ਼ ਦੇ ਵਿੱਚੋਂ ਇੱਕ ਸੁਨੇਹਾ ਜਾਵੇ ਕਿ ਅਸੀਂ ਇਸ ਪ੍ਰੋਟੈਸਟ ਦੇ ਵਿੱਚ ਦੇਸ਼ ਦਾ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੈ ਤੁਹਾਡੀ ਬੇਨਤੀ ਹੈ ਇੱਕ ਜਰੂਰ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਜਿਹੜੀਆਂ ਬਾਹਰਲੀਆਂ ਸਟੇਟਾਂ ਦੇ ਲੋਕ ਨੇ ਉਹ ਵੀ ਕਿ ਜਿਸ ਤਰ੍ਹਾਂ ਮੈਂ ਬੋਲ ਰਿਹਾ ਹਾਂ ਕਿ ਕੇਵਲ ਪੰਜਾਬ ਲਈ ਜਾਂ ਹਰਿਆਣਾ ਜਾਂ ਰਾਜਸਥਾਨ ਲਈ ਨਹੀਂ ਇਹ ਕਾਲ ਇਹ ਕਾਲ ਪੂਰੇ ਦੇਸ਼ ਦੇ ਕਿਸਾਨਾਂ ਲਈ ਹੈ ਔਰ ਸਾਰੇ ਦੇਸ਼ ਦੇ ਕਿਸਾਨਾਂ ਨੇ ਇਸ ਕਾਲ ਦੇ ਉੱਤੇ ਪੂਰੀ ਤਰ੍ਹਾਂ ਸ਼ਿੱਦਤ ਦੇ ਨਾਲ ਤਵੱਜੋ ਦੇਣੀ ਹੈ ਤਵੱਜੋ ਦੇ ਕੇ ਇਸ ਕਾਲ ਨੂੰ ਅੱਗੇ ਸਾਰੇ ਦੇਸ਼ ਦੇ ਵਿੱਚੋਂ ਇੱਕ ਮੈਸੇਜ ਛੱਡਣਾ ਹੈ ਸਰਕਾਰ ਦੇ ਵਾਸਤੇ ਕਿ ਅੰਦੋਲਨ ਪੂਰੇ ਦੇਸ਼ ਦਾ ਹੈ ਕੇਵਲ ਪੰਜਾਬ ਹਰਿਆਣਾ ਯੂਪੀ ਜਾਂ ਮਤਲਬ ਰਾਜਸਥਾਨ ਦਾ ਹੀ ਅੰਦੋਲਨ ਨਹੀਂ ਹੈ ਇਸ ਕਰਕੇ ਇਹ ਦੇ ਵਿੱਚ ਸਾਰਿਆਂ ਨੇ ਸ਼ਾਂਤੀਪੂਰਵਕ ਢੰਗ ਦੇ ਨਾਲ ਮੈਂ ਸ਼ਾਂਤੀ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਸ਼ਾਂਤੀਪੂਰਵਕ ਹੀ ਲੜਾਈ ਜਿੱਤੀ ਜਾਣੀ ਆ ਇਹ ਲੜਾਈ ਨੂੰ ਜਿੱਤਣ ਲਈ ਸ਼ਾਂਤੀ ਬਹੁਤ ਜ਼ਰੂਰੀ ਹੈ ਸ਼ਾਂਤੀ ਬਣਾ ਕੇ ਰੱਖਣ ਨਾਲ ਅੰਦੋਲਨ ਜਿੱਤਿਆ ਜਾ ਸਕਦਾ ਹੈ ਅਗਰ ਸਰਕਾਰ ਚਾਹੁੰਦੀ ਇਹੀ ਗੱਲ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਲੋਕ ਅਗਰੈਸਿਵ ਹੋਣ ਇਹ ਅੰਦੋਲਨ ਨੂੰ ਸ਼ਾਂਤੀ ਤੋਂ ਪਰੇ ਹਟਕੇ ਕਿਸੇ ਤਰੀਕੇ ਦੇ ਨਾਲ ਇਹ ਹਿੰਸਕ ਹੋਣ ਤਾਂ ਤੁਹਾਨੂੰ ਹਿੰਸਕ ਕਰਕੇ ਤੁਹਾਡੇ ਅੰਦੋਲਨ ਨੂੰ ਖਿਲਾਰਨ ਦਾ ਪ੍ਰਯਾਸ ਕਰ ਰਹੀ ਯਤਨ ਕਰ ਰਹੀ ਸਰਕਾਰ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਸਰਕਾਰ ਨੇ ਦੋ ਤਿੰਨ ਥਾਵਾਂ ਦੇ ਉੱਤੇ ਆਪਣੇ ਧਰਨਿਆਂ ਨੂੰ ਅਖੇੜਨ ਦਾ ਯਤਨ ਕੀਤਾ ਸੀ ਲੈਕਿਨ ਮੁਰ ਦੁਬਾਰਾ ਆਪਾਂ ਸਾਰਿਆਂ ਨੇ ਤੁਹਾਡਾ ਧੰਨਵਾਦੀ ਆ ਮੈਂ ਤੁਸੀਂ ਸਾਰਿਆਂ ਨੇ ਮੁਰ ਦੁਬਾਰਾ ਇਸ ਅੰਦੋਲਨ ਨੂੰ ਬਲ ਦਿੱਤਾ ਤੇ ਆਪਣੇ ਪੈਰਾਂ ਤੇ ਖੜੇ ਕੀਤਾ ਔਰ ਇਸ ਕਰਕੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਆਪਣੀ ਕੋਸ਼ਿਸ਼ ਹੋਵੇ ਕਿ ਬਿਲਕੁਲ ਅੰਦੋਲਨ ਸ਼ਾਂਤੀਪੂਰਵਕ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਅਜੀਹੀ ਗੱਲ ਸਾਹਮਣੇ ਨਾ ਆਵੇ ਜਿਹਦੇ ਵਿੱਚ ਇਹ ਆਵੇ ਕਿ ਅਸੀਂ ਸ਼ਾਂਤੀ ਨੂੰ ਭੰਗ ਕੀਤਾ ਹੋਵੇ ਸ਼ਾਂਤੀ ਬਣਾ ਕੇ ਰੱਖਣੀ ਹੈ ਇਹ ਬਹੁਤ ਜ਼ਰੂਰੀ ਹੈ ਅਗਲੀ ਗੱਲ ਹੈ ਜਿਹੜੀ ਕਿ ਮੈਨੂੰ ਪਤਾ ਲੱਗਿਆ ਸਾਨੂੰ ਇੱਥੇ ਸੰਯੁਕਤ ਕਿਸਾਨ ਮੋਰਚੇ ਨੂੰ ਕਿ ਚਲੋ ਕੁਝ ਲੋਕ ਜਿਹੜੇ ਸਾਡੇ ਵਿਅਕਤੀ ਗਏ ਨੇ ਮਾਰਚ ਦੇ ਵਿੱਚ ਅਸੀਂ ਗਏ ਆ ਭਾਵੇਂ ਉਹ ਸਰਕਾਰ ਨੇ ਮਤਲਬ ਸਾਨੂੰ ਰਸਤਾ ਗਲਤ ਦੇ ਕੇ ਗਲਤ ਗਾਈਡਲਾਈਨ ਦੇ ਕੇ ਸਾਡੇ ਨੌਜਵਾਨਾਂ ਨੂੰ ਸਾਡੇ ਲੋਕਾਂ ਨੂੰ ਭੜਕਾ ਕੇ ਲੈ ਕੇ ਗਏ ਨੇ ਪਰ ਬਹੁਤ ਸਾਰੇ ਲੋਕ ਬਹੁਤ ਸਾਰੇ ਵੀਰੋ ਨੇ ਜਿਹੜੇ ਮੈਨੂੰ ਲੱਗਿਆ ਪਤਾ ਕਿ ਕਿਸੇ ਰਸਤੇ ਤੇ ਭਟਕ ਕੇ ਰਸਤੇ ਤੇ ਗਏ ਨਹੀਂ ਮੇਨ ਜਿਹੜਾ ਉਹੀ ਰਸਤੇ ਤੇ ਉਸ ਤੇ ਗਏ ਨੇ ਜਿਹੜੇ ਰਸਤੇ ਸਰਕਾਰ ਨੇ ਦਿੱਤੇ ਹੋਏ ਸੀ ਇੱਕ ਤਾਂ ਇੱਕ ਆਦਮੀ ਦੀ ਅਜੇ ਹੀ ਵੀ ਸੂਚਨਾ ਮਿਲੀ ਹੈ ਕਿ ਉਹ ਦੀ ਉਹ ਦੀ ਕਿਸੇ ਵਰਕਸ਼ਾਪ ਦੇ ਉੱਤੇ ਕੁਝ ਸਮੇਂ ਤੋਂ ਗੱਡੀ ਖੜੀ ਸੀਗੀ ਕੰਮ ਕਰਵਾਉਣ ਲਈ ਔਰ ਉਹਨਾਂ ਨੂੰ ਵੀ ਨੋਟਿਸ ਸਰਕਾਰ ਨੇ ਉਹਨਾਂ ਗੱਡੀਆਂ ਨੂੰ ਵੀ ਨੋਟਿਸ ਭੇਜੇ ਗਏ ਨੇ ਤਾਂ ਇਹ ਗੱਲਾਂ ਸਾਰੀਆਂ ਨੂੰ ਅਗਰ ਅਸੀਂ ਧਿਆਨ ਦੇ ਵਿੱਚ ਰੱਖੀਏ ਤਾਂ ਮੈਨੂੰ ਲੱਗਦਾ ਕਿ ਸਰਕਾਰ ਕਬਰਾਹੜ ਦੇ ਵਿੱਚ ਹੈ ਸਰਕਾਰ ਇੱਕ ਪ੍ਰੈਸ਼ਰ ਬਣਾ ਕੇ ਰੱਖਣਾ ਚਾਹੁੰਦੀ ਹੈ ਸਰਕਾਰ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਅੰਦੋਲਨ ਤੋਂ ਦੂਰ ਕਰਨਾ ਚਾਹੁੰਦੀ ਹੈ ਸੋ ਇਸ ਲਈ ਸੰਯੁਕਤ ਕਿਸਾਨ ਮੋਰਚਾ ਅਜੇ ਹੀ ਸਾਰੇ ਹੀ ਵੀਰਾਂ ਦੇ ਨਾਲ ਹੈ ਕੋਈ ਚਿੰਤਾ ਕਰਨ ਦੀ ਗੱਲ ਨਹੀਂ ਹੈ ਇਹਦੇ ਵਿੱਚ ਜਦੋਂ ਵੀ ਕਦੇ ਗੱਲ ਹੋਏਗੀ ਤੁਹਾਡੇ ਸਾਰਿਆਂ ਦੇ ਇਸ਼ੂ ਦੇ ਉੱਤੇ ਗੱਲਬਾਤ ਹੋਏਗੀ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਸਾਰੇ ਹੀ ਉਹਨਾਂ ਵੀਰਾਂ ਦੇ ਨਾਲ ਹੈ ਜਿਹੜੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਨੋਟਿਸ ਆ ਰਹੇ ਨੇ ਜਾਂ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਜਿਹੜੇ ਸਾਡੇ ਨੌਜਵਾਨ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦੇ ਨਾਲ ਇੱਕ ਸੰਸਜੁਗਤ ਕਿਸਾਨ ਮੋਰਚਾ ਹੋਰ ਅਸੀਂ ਉਹਦੀ ਇੱਕ ਮਤਲਬ ਲੀਗਲ ਟੀਮ ਬਣਾ ਕੇ ਪੈਰਵਾਈ ਕਰ ਰਹੇ ਹਾਂ ਅੱਜ ਸਵੇਰ ਹੀ ਮੇਰੀ ਮਤਲਬ ਸਾਡੇ ਪ੍ਰੇਮ ਸਿੰਘ ਭੰਗੂ ਜੀ ਜੋ ਐਡਵੋਕੇਟ ਨੇ ਔਰ ਉਸ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਕਿ 22 ਪਹਿਲਾਂ ਸਾਨੂੰ ਲੱਗਿਆ ਸੀਗਾ ਕਿ 28 ਨੌਜਵਾਨ 28 ਵਿਅਕਤੀ ਨੇ ਜਿਹੜੇ ਲਾਪਤਾ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ ਅੱਜ ਦੀ ਉਹਨਾਂ ਦੀ ਰਿਪੋਰਟ ਸੀਗੀ ਕਿ ਬਾਕੀ 6 ਦਾ ਪਤਾ ਲੱਗ ਗਿਆ ਕੇਵਲ ਮਤਲਬ 22 ਆ ਜਿਨ੍ਹਾਂ ਦਾ ਹਜੇ ਪਤਾ ਨਹੀਂ ਲੱਗ ਰਿਹਾ ਯਾਨੀ ਗਿਣਤੀ ਦਿਨੋਂ-ਦਿਨ ਮਤਲਬ ਥੱਲੇ ਨੂੰ ਆ ਰਹੀ ਹੈ। ਤੋਂ ਇਸ ਕਰਕੇ ਜਿਹੜੇ ਸਾਡੇ ਨੌਜਵਾਨ ਬਜ਼ੁਰਗ ਕਿਸਾਨ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਤੱਕ ਪਹੁੰਚ ਕਰਨੀ ਉਹ ਸਾਰੀ ਜ਼ਿੰਮੇਵਾਰੀ ਸਯੁਕਤ ਕਿਸਾਨ ਮੋਰਚੇ ਦੀ ਆ ਔਰ ਇਹ ਜਿਹੜੀ ਅਸੀਂ ਲੀਗਲ ਟੀਮ ਬਣਾਈ ਆ ਲੀਗਲ ਟੀਮ ਦੀ ਜ਼ਿੰਮੇਵਾਰੀ ਹੈ ਔਰ ਉਸ ਡਿਊਟੀ ਨੂੰ ਬਾਕੋ ਵੀ ਨਿਭਾ ਰਹੀ ਹੈ ਮਿਹਨਤ ਕਰ ਰਹੇ ਨੇ ਦਿਨ ਰਾਤ ਇੱਕ ਹੋਇਆ ਹੋਇਆ ਉਹਨਾਂ ਦਾ। ਔਰ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਰੋਜ਼ਾਨਾ ਉਹਨਾਂ ਨਾਲ ਮਿਲ ਕੇ ਉਹਨਾਂ ਦੇ ਕੋਲੋਂ ਇਹ ਰਿਪੋਰਟ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਹਕੀਕਤ ਕਿੱਥੇ ਗੱਲ ਪਹੁੰਚੀ ਖੜੀ ਹੈ ਕਿੰਨੇ ਆਦਮੀ ਮਤਲਬ ਮਿਲ ਗਏ ਨੇ ਕਿੰਨੇ ਹਜੇ ਬਾਕੀ ਹੈ ਸੋ ਇਸ ਕਰਕੇ ਇਹਨਾਂ ਸਾਰੀਆਂ ਹੀ ਗੱਲਾਂ ਵਿੱਚ ਅ ਅਸੀਂ ਤੁਹਾਡੇ ਤੱਕ ਇਹ ਸੂਚਨਾ ਤਾਂ ਦੇਣੀ ਚਾਹੁੰਦੇ ਸੀਗੇ ਕਿ ਸਾਰੇ ਸਾਡੇ ਜਿਹੜੇ ਮੇਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਕਿਸਾਨ ਵੀਰ ਨੇ ਜਾਂ ਇਸ ਅੰਦੋਲਨ ਨਾਲ ਜੁੜੇ ਹੋਏ ਸਾਡੇ ਇਸ ਅੰਦੋਲਨ ਦੇ ਹਤਾਇਸ਼ੀ ਵੀਰ ਨੇ ਉਹਨਾਂ ਤੱਕ ਇਹ ਸੂਚਨਾ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਕਿਸਯੁਕਤ ਕਿਸਾਨ ਮੋਰਚਾ ਕਿਸ ਕਿਸ ਢੰਗ ਦੇ ਨਾਲ ਕਿਵੇਂ-ਕਿਵੇਂ ਤੇ ਅੰਦੋਲਨ ਨੂੰ ਅਗਲੇ ਪੜਾਵਾਂ ਦੇ ਵਿੱਚ ਚਲ ਜਾਣ ਲਈ ਅਸੀਂ ਕੀ ਸਟੈਪ ਚੱਕ ਰਹੇ ਹਾਂ ਉਹ ਸਾਰੀ ਜਾਣਕਾਰੀ ਦੇਣੀ ਮਤਲਬ ਬਹੁਤ ਜ਼ਰੂਰੀ ਸੀ ਔਰ ਫਿਰ ਮੈਂ ਲਾਸਟ ਦੇ ਵਿੱਚ ਬੇਨਤੀ ਕਰਾਂ ਕਿ ਅੰਦੋਲਨ ਸ਼ਾਂਤੀਪੂਰਵਕ ਹੀ ਜਿੱਤਿਆ ਜਾ ਸਕਦਾ ਪਿਆਰਿਓ ਸ਼ਾਂਤੀ ਬਣਾ ਕੇ ਰੱਖਣ ਦੀ ਲੋੜ ਹੈ ਸਰਕਾਰ ਨੇ ਜਿੰਨਾ ਇੱਕ ਅਸੀਂ ਥੋੜੀ ਜੀ ਸਾਡੇ ਕੋਲ ਜਿਹੜੀ ਅਵਗਿਆ ਹੋਈ ਉਹਨਾਂ ਇੱਕ ਦੇ ਨਾਲ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਅਸੀਂ ਕਿੱਥੇ ਖੜੇ ਹਾਂ ਅੱਜ ਅਸੀਂ ਸਾਡੇ ਕਿਸਾਨੀ ਕਾਨੂੰਨਾਂ ਦੀ ਗੱਲ ਨੂੰ ਪਿੱਛੇ ਰੱਖ ਕੇ ਸਾਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਸਾਡੇ ਨੌਜਵਾਨ ਸਾਡੇ ਵੀਰ ਜੇਲਾ ਵਿੱਚ ਬੰਦ ਨੇ ਪਹਿਲਾਂ ਉਹਨਾਂ ਨੂੰ ਰਿਹਾ ਕਰੋ ਫਿਰ ਅਸੀਂ ਗੱਲ ਕਰਾਂਗੇ ਤੇ ਕਿੱਥੇ ਇਹਹੀ ਗੱਲਬਾਤ ਇਹ ਚੱਲਣੀ ਸੀ ਕਿ ਸਾਡੇ ਕਾਨੂੰਨਾਂ ਨੂੰ ਰੱਦ ਕਰੋ ਉਹ ਕਾਨੂੰਨਾਂ ਦੀ ਗੱਲ ਪਿੱਛੇ ਜੋ ਹੋ ਗਈ ਹੈ ਔਰ ਸਾਨੂੰ ਮਤਲਬ ਮਜਬੂਰੀ ਵਸ ਅੱਜ ਇਹ ਗੱਲ ਮੂਰੇ ਲਿਆਉਣੀ ਪੈ ਰਹੀ ਹੈ ਕਿ ਸਾਡੇ ਜਿਹੜੇ ਕਿਸਾਨ ਨੇ ਜਿਹੜੇ ਜੇਲ੍ਹਾਂ 'ਚ ਬੰਦ ਨੇ ਜਾਂ ਜਿਹੜੇ ਲਾਪਤਾ ਨੇ ਪਹਿਲਾਂ ਉਹਨਾਂ ਦੀ ਖੋਜ ਕਰੀਏ ਉਹਨਾਂ ਦੀ ਪੜਤਾਲ ਕਰੀਏ ਫਿਰ ਇਸ ਕਰਕੇ ਸਾਨੂੰ ਅਗਲਾ ਪ੍ਰੋਗਰਾਮ ਦੇਣ ਦੇ ਵਿੱਚ ਵੀ ਦਿੱਕਤਾਂ ਆ ਰਹੀਆਂ ਸੋ ਇਸ ਕਰਕੇ ਸ਼ਾਂਤੀ ਬਹੁਤ ਜ਼ਰੂਰੀ ਹੈ ਅੱਗੇ ਤੋਂ ਅੰਦੋਲਨ ਨੂੰ ਆਪਾਂ ਲੜਨਾ ਹੈ ਬਹੁਤ ਲੰਮਾ ਅੰਦੋਲਨ ਲੜਨਾ ਪੈਣਾ ਹੈ ਕੋਈ 2-4 10 ਦਿਨ ਜਾਂ 20 ਦਿਨ ਦੀ ਗੱਲ ਨਹੀਂ ਹੈ ਇਹ ਅੰਦੋਲਨ ਨੇ ਬਹੁਤ ਲੰਮਾ ਚੱਲਣਾ ਮਹੀਨਿਆਂ ਵੱਧੀ ਚੱਲਣਾ ਸੋ ਇਸ ਕਰਕੇ ਇਸ ਅੰਦੋਲਨ ਨੂੰ ਲੜਨ ਦੇ ਲਈ ਸੰਜਮ ਧਰਮਾ ਔਰ ਸ਼ਾਂਤੀ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਹੈ ਜਿਹੜੇ ਵੀਰ ਇਸ ਗੱਲ ਨਾਲ ਅ ਕਬਰਾਹਟ ਪੈਦਾ ਕਰਦੇ ਨੇ ਉਹ ਮਨ ਨੂੰ ਸ਼ਾਂਤ ਰੱਖੋ ਆਪਾਂ ਸ਼ਾਂਤੀ ਨਾਲ ਹੀ ਅੰਦੋਲਨ ਜਿੱਤਿਆ ਜਾਣਾ ਹੈ ਅਖੀਰ ਨੂੰ ਮਤਲਬ ਜਿੱਤ ਤੁਹਾਡੀ ਹੋਣੀ ਹੈ ਜਿੱਤ ਕਿਸਾਨਾਂ ਦੀ ਹੋਣੀ ਹੈ ਪਰ ਸ਼ਾਂਤੀ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ